ਫਾਜ਼ਿਲਕਾ ਦੇ ਅਬੋਹਰ ਰੋਡ 'ਤੇ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਟਾਂਗ ਛਤਰੀ ਸਭਾ ਦਾ ਹੋਇਆ ਗਠਨ, ਜੀਤ ਸਾਗਰ ਬਣੇ ਪ੍ਰਧਾਨ। ਫਾਜ਼ਿਲਕਾ ਦੇ ਅਬੋਹਰ ਰੋਡ 'ਤੇ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਟਾਂਗ ਛਤਰੀ ਸਭਾ ਦੀ ਮੀਟਿੰਗ ਆਯੋਜਿਤ ਹੋਈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਜੀਤ ਸਾਗਰ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਨਾਲ ਸਤਪਾਲ ਗੋਪ ਦੇਵ ਟੇਲਰ ਨੂੰ ਵਾਈਸ ਪ੍ਰਧਾਨ, ਪਰਮਜੀਤ ਸਿੰਘ ਨੂੰ ਸੈਕਟਰੀ, ਗੁਰਦੀਪ ਸਿੰਘ ਕਰੀਰ ਨੂੰ ਜੁਆਇੰਟ ਸੈਕਟਰੀ ਅਤੇ ਈਸ਼ਵਰ ਵਰਮਾ ਨੂੰ ਕੈਸ਼ੀਅਰ ਚੁਣਿਆ ਗਿਆ। ਫਾਜ਼ਿਲਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੈਠਕ ਆਯੋਜਿਤ ਹੋਈ ਹੈ, ਜਿਸ ਦੇ ਵਿੱਚ ਬਰਾਦਰੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਚਰਚਾ ਵੀ ਕੀਤੀ ਗਈ ਹੈ। ਇਸ ਬੈਠਕ ਸੰਬੰਧੀ ਪੂਰੀ ਜਾਣਕਾਰੀ ਨਵੇਂ ਚੁਣੇ ਗਏ ਪਦਾਧਿਕਾਰੀਆਂ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬਿੱਟੂ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਜੀ, ਕੀ ਕਹਿਣਾ ਚਾਹੋਗੇ, ਅੱਜ ਬਰਾਦਰੀ ਦੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ, ਕਿਸ ਤਰ੍ਹਾਂ ਨਿਭਾਓਗੇ? ਜੋ ਬਰਾਦਰੀ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ, ਔਰ ਜੇ ਬਰਾਦਰੀ ਦੇ ਕੋਈ ਵੀ ਸਮਾਜਿਕ ਤੌਰ 'ਤੇ ਕੋਈ ਸਮੱਸਿਆਵਾਂ ਆਉਣਗੀਆਂ ਜਾਂ ਜੋ ਵੀ ਕਿਸੇ ਅਸੀਂ ਪਰਿਵਾਰਕ ਤੌਰ 'ਤੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਰਹਾਂਗੇ, ਜੋ ਵੀ ਸਮੱਸਿਆਵਾਂ ਹੋਣਗੀਆਂ ਅਸੀਂ ਮਿਲ ਬੈਠ ਕੇ ਉਹਨਾਂ ਦਾ ਹੱਲ ਕਰਾਂਗੇ, ਅਤੇ ਮੈਨੂੰ ਉਮੀਦ ਹੈ ਕਿ ਸਾਰੇ ਸਹਿਯੋਗ ਕਰਨਗੇ। ਅਸੀਂ ਅੱਜ ਟਾਂਗ ਖੱਤਰੀ ਬਾਬਾ ਨਾਮਦੇਵ ਗੁਰਦੁਆਰੇ ਵਿਖੇ ਬਰਾਦਰੀ ਦੀ ਮੀਟਿੰਗ ਹੋਈ। ਬਰਾਦਰੀ ਦਾ ਨਾਮ ਕਾਫੀ ਪੁਰਾਣਾ ਹੈ, ਪਰ ਇਹਨਾਂ ਦਾ ਜੋ ਇੱਕ ਹੈ, ਇੱਕਾ ਸਦਕਾ ਅੱਜ ਸਾਨੂੰ ਇੱਥੇ ਆ ਕੇ ਇਕੱਠੇ ਹੋਣ ਦਾ ਮੌਕਾ ਮਿਲਿਆ। ਬੜੇ ਦਿਨਾਂ ਤੋਂ ਇਹ ਪਾਲਸੀ ਕਿ ਬਰਾਦਰੀ ਦਾ ਕੋਈ ਨਾ ਕੋਈ ਪ੍ਰਧਾਨ ਬਣ ਕੇ ਬਰਾਦਰੀ ਦੀ ਸੇਵਾ ਲਈ, ਬਰਾਦਰੀ ਨੂੰ ਨਾਲ ਲੈ ਕੇ ਚੱਲਣ ਵਾਲਾ, ਆਪਸੀ ਸਮਝੌਤੇ ਕਰਾਉਣ ਵਾਲਾ, ਪ੍ਰੋਬਲਮ ਹੈ ਉਹਨੂੰ ਸੋਲਵ ਕਰਨ ਵਾਲਾ, ਅਤੇ ਬੱਚਿਆਂ ਦੇ ਵੈਲਫੇਅਰ ਲਈ ਉਹਨਾਂ ਲਈ ਕੰਮ ਕਰਨ ਵਾਲਾ ਕੋਈ ਪ੍ਰਧਾਨ ਚਾਹੀਦਾ ਸੀ। ਬਰਾਦਰੀ ਨੇ ਆਪਣੀ ਨੁਮਾਇੰਦਗੀ ਇੱਥੇ ਪ੍ਰਧਾਨ ਵਜੋਂ ਚੁਣਿਆ, ਸੈਕਟਰੀ ਵੱਲੋਂ ਚੁਣਿਆ, ਕੈਸ਼ੀ ਸਾਹਿਬ ਵੱਲੋਂ ਚੁਣਿਆ। ਆਸ ਕਰਦਾ ਕਿ ਇਹ ਜਿਹੜੇ ਅਹੁਦੇਦਾਰ ਬਰਾਦਰੀ ਦੇ ਨੇ, ਇਹ ਆਪਣੀ ਤਨਦੇਹੀ ਨਾਲ ਬਗੈਰ ਕੋਈ ਸਵਾਰ ਤੋਂ ਕੰਮ ਕਰਦੇ ਰਹਿਣਗੇ, ਅਤੇ ਅਸੀਂ ਇਹਨਾਂ ਦੇ ਨਾਲ ਆਪਣਾ ਪੂਰਾ ਸਾਥ ਦਿੰਦੇ ਹਾਂ। ਅੱਜ ਮੈਂ ਇਹਨੂੰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੀ ਟਾਂਗ ਛਤਰੀ ਸਭਾ ਬਾਬਾ ਨਾਮਦੇਵ ਜੀ ਅੰਸ਼ ਬੰਸ਼, ਜਿਨ੍ਹਾਂ ਨੇ ਅੱਜ ਬਹੁਤ ਵੱਡਾ ਬਜ਼ੁਰਗਾਂ ਦੀ ਸਿਹਤ ਨੂੰ ਲੈਂਦੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇੱਕ ਅੱਜ ਬਹੁਤ ਵੱਡਾ ਉੱਦਮ ਕੀਤਾ ਕਿ ਸਾਰੀ ਬਰਾਦਰੀ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ, ਅਤੇ ਸਾਰੀ ਬਰਾਦਰੀ ਇੱਥੇ ਉਹਦੇ ਮੈਂਬਰ ਜੁੜੇ ਹੋਏ ਹਨ ਸਾਡੇ, ਅਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇੱਕ ਟਾਂਗ ਛਤਰੀ ਸਭਾ ਦਾ ਗਠਨ ਕੀਤਾ ਜੀ, ਜਿਨ੍ਹਾਂ ਦੇ ਸਰਪ੍ਰਸਤ ਜਿਹੜੇ ਸਾਡੇ ਯਾਨੀ ਕਿ ਮੁੱਖ ਸੇਵਾਦਾਰ ਪ੍ਰਧਾਨ ਜੀਤ ਕੁਮਾਰ ਜੀ ਸਾਗਰ ਹਨ, ਨਾਲ ਵਾਈਸ ਪ੍ਰਧਾਨ ਸਤਪਾਲ ਦੇਵ ਗੋਪ ਅੰਕਲ ਜੀ, ਉਹਨਾਂ ਦੇ ਨਾਲ ਬੇਟੇ ਸਰਦਾਰ ਪਰਮਜੀਤ ਸਿੰਘ ਸੈਕਟਰੀ ਹੈ, ਰਿਟਾਇਰਡ PNB ਅਧਿਕਾਰੀ ਮੈਨੇਜਰ ਹੈ ਜੀ, ਅਤੇ ਨਾਲ ਮੇਰੇ ਸਰਕਾਰ ਜੋ ਇੱਧਰ ਅੰਕਲ ਜੀ ਖੜ੍ਹੇ ਹੈ ਆਪਣਾ ਈਸ਼ਵਰ ਵਰਮਾ ਜੀ ਜੁਆਇੰਟ ਸੈਕਟਰੀ, ਹਾਂ ਨਾਲ ਜੁਆਇੰਟ ਸੈਕਟਰੀ ਹੈ ਜੀ ਮੇਰੇ ਸਰ ਆਪਣਾ ਕੀ ਨਾਮ ਜੀ ਗੁਰਦੀਪ ਕਰੀਰ, ਅਤੇ ਉਹਨਾਂ ਦੇ ਨਾਲ ਆਪਣਾ ਮੇਰੇ ਈਸ਼ਵਰ ਅੰਕਲ ਇਸ ਸਭਾ ਦੇ ਕੈਸ਼ੀਅਰ ਹੋਣਗੇ ਜੀ, ਅਤੇ ਸਾਰੀ ਸੰਗਤ ਨੇ ਜਕਾਰਾ ਲਾ ਕੇ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਜੀ। ਅੱਜ ਤੋਂ ਬਾਅਦ ਸਾਡੇ ਜੋ ਵੀ ਕਿਸੇ ਨੂੰ ਕੋਈ ਵੀ ਕ੍ਰਾਈਸਿਸ ਦੁੱਖ ਸੁੱਖ ਯਾਨੀ ਕਿ ਹਰ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੈ ਜੀ, ਇਹ ਉਹਨੂੰ ਅੱਜ ਤਨਦੇਹੀ ਨਾਲ ਨਿਭਾਉਣਗੇ, ਅਤੇ ਗੁਰੂ ਸਾਹਿਬ ਕਿਰਪਾ ਕਰਨ ਕਿ ਇਸੇ ਤਰ੍ਹਾਂ ਹੀ ਸਾਡੀ ਬਰਾਦਰੀ ਦਾ ਇਕੱਠ ਬਣਿਆ ਰਹੇ। ਇਹ ਕਿਸ ਤਰ੍ਹਾਂ ਆਪਣੀਆਂ ਸੇਵਾਵਾਂ ਦੇਣਗੇ ਬਰਾਦਰੀ ਦੇ ਪ੍ਰਤੀ ਜਾਂ ਕੋਈ ਹੋਰ ਕਾਰਜ ਕਿਸ ਤਰ੍ਹਾਂ? ਬਰਾਦਰੀ ਦੇ ਪ੍ਰਤੀ ਇਸ ਤਰ੍ਹਾਂ ਜੀ ਦੇਖੋ, ਸਮਾਜ ਦੇ ਵਿੱਚ ਵਿਚਰਦਿਆਂ ਸਾਨੂੰ ਫਾਈਨੈਂਸ਼ਲੀ ਫਿਜ਼ੀਕਲੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ, ਜਿਹਨਾਂ 'ਚ ਸਾਡੀਆਂ ਖੁਸ਼ੀਆਂ ਵੀ ਹੁੰਦੀਆਂ ਗਮੀਆਂ ਵੀ,
ਦੇਖੋ ਜੀ, ਇਹਨੂੰ ਜੋੜਨ ਦਾ, ਕਮਿਊਨਿਟੀ ਨੂੰ ਜੋੜਨ ਦਾ ਸਾਡਾ ਮੇਨ ਮਕਸਦ ਇਹ ਸੀ ਕਿ ਦੇਖੋ ਜਿਹੜੇ ਕੋਲ ਫਾਈਨੈਂਸ਼ਲੀ ਜਿਹੜਾ ਠੀਕ ਹੈ, ਹੈ ਨਾ ਜੀ, ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ ਸੁੱਖ ਆਉਂਦਾ, ਉਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਤਾਂ ਆਉਂਦੀ ਹੈ ਹਮੇਸ਼ਾ, ਜਿਹੜਾ ਅਸੀਂ ਜਿਹਨੂੰ ਮਿਡਲ ਫੈਮਿਲੀ ਕਹਿ ਦਿੰਦੇ ਹਾਂ ਜਾਂ ਉਦੋਂ ਥੱਲੇ ਕਹਿ ਦਿੰਦੇ ਹਾਂ ਜੀ, ਠੀਕ ਹੈ, ਉਹਨਾਂ ਦੇ ਅਤੇ ਉਸ ਤਰ੍ਹਾਂ ਦੇ ਮਸਲੇ, ਜਿਸ ਤਰ੍ਹਾਂ ਕੋਈ ਕਿਸੇ ਦਾ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਜਾਂ ਕੋਈ ਕੋਈ ਕਾਰਨ ਬਣ ਜਾਂਦਾ, ਜਾਂ ਕਿਸੇ ਦਾ ਕੋਈ ਬੱਚਾ, ਸਭ ਤੋਂ ਜ਼ਿਆਦਾ ਅਸੀਂ ਧਿਆਨ ਦੇਵਾਂਗੇ ਜਿਵੇਂ ਕੋਈ ਸਾਡੀ ਬਰਾਦਰੀ ਦੇ ਵਿੱਚ ਪੜ੍ਹਨ ਵਾਲਾ ਬੱਚਾ ਹੈ, ਬ੍ਰਿਲੀਅੰਟ ਬੱਚਾ ਹੈ, ਬਟ ਉਹ ਅੱਜ ਪੜ੍ਹਾਈ ਬਹੁਤ ਮਹਿੰਗੀ ਹੈ, ਅਤੇ ਉਸ ਤਰ੍ਹਾਂ ਦੇ ਅਸੀਂ ਕੰਮ ਇਹ ਕਰਨਗੇ। ਇਹੋ ਜਿਹੇ ਕੰਮਾਂ ਨੂੰ, ਸਮਾਜਿਕ ਕੰਮਾਂ ਨੂੰ ਤਨਦੇਹੀ ਨਾਲ ਪਹਿਲ ਦੇ ਆਧਾਰ 'ਤੇ ਇਹਨਾਂ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ, ਜ਼ਰੂਰੀ ਨਹੀਂ ਹੈਗਾ ਕੋਈ ਫਾਈਨੈਂਸ਼ੀਅਲੀ ਹੈ, ਵੈਸੇ ਵੀ ਕੋਈ ਕਿਸੇ ਦਾ ਕੋਈ ਕ੍ਰਾਈਸਿਸ ਜਾਂ ਕੋਈ ਕਿਸੇ ਦਾ ਕਾਰਨ ਬਣਦਾ, ਅਤੇ ਜੋ ਵੀ ਮਸਲਾ ਸਾਡਾ ਬਰਾਦਰੀ ਦਾ ਉਸ ਪਲੇਟਫਾਰਮ ਨੂੰ ਲੈ ਕੇ ਆਏਗਾ, ਉਹਨੂੰ ਪੂਰਾ ਵਿਚਾਰਿਆ ਜਾਵੇਗਾ, ਬਰਾਦਰੀ ਉਹਦੇ ਨਾਲ ਖੜੇਗੀ ਹਰ ਤਰ੍ਹਾਂ, ਤਨ ਮਨ ਧਨ ਨਾਲ ਉਹਦੇ ਨਾਲ। ਕੀ ਨਾਂ ਹੈ ਆਪਣਾ ਜੀ? ਮੇਰਾ ਨਾਂ ਜਸਵਿੰਦਰ ਸਿੰਘ ਜੱਟੂ ਹੈ ਜੀ। ਕਿਹੜੀ ਬਰਾਦਰੀ 'ਤੇ ਅੱਜ ਮੀਟਿੰਗ ਸੀ? ਇਹ ਟਾਂਗ ਛੱਤਰੀ ਸਭਾ ਜੀ।